ਸੰਗਰੂਰ ਵਿੱਚ ਭਗਵੰਤ ਮਾਨ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਿੱਚ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਜਵਾਨੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਕੁਝ ਦਿਨ ਪਹਿਲਾਂ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਕੇਵਲ ਢਿੱਲੋਂ ਦੇ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦੇ ਨਾਲ ਹੱਥ ਵਿੱਚ ਸ਼ਰਾਬ ਦਾ ਗਲਾਸ ਲੈ ਕੇ ਇੱਕ ਫੋਟੋ ਅਪਲੋਡ ਕਰ ਦਿੱਤੀ ਸੀ, ਜਿਸ ਤੇ ਜਵਾਬ ਦਿੰਦੇ ਹੋਏ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਤਸਵੀਰਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਜਦੋਂ ਢਿੱਲੋਂ ਦਾ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਇਸ ਦਾ ਇਲਜ਼ਾਮ ਵੀ ਉਹਨਾਂ ਨੇ ਭਗਵੰਤ ਮਾਨ ਦੇ ਉੱਪਰ ਜੜ ਦਿੱਤਾ ਹੈ। ਕਾਂਗਰਸ ਨੇਤਾ ਕੇਵਲ ਸਿੰਘ ਢਿੱਲੋਂ ਨੇ ਭਗਵੰਤ ਮਾਨ ਉੱਤੇ ਵੱਡਾ ਦੋਸ਼ ਲਾਇਆ ਹੈ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਆਪਣੀ ਹਾਰ ਦੇਖ ਕੇ ਬੁਖਲਾ ਗਏ ਹਨ ਕਿਉਂਕਿ ਉਹਨਾਂ ਦੀ ਰੈਲੀਆਂ ਵਿੱਚ ਲੋਕਾਂ ਦੀ ਭੀੜ ਜਮ੍ਹਾਂ ਨਹੀਂ ਹੋ ਰਹੀ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਦੇ ਸਪੌਂਸਰ ਨੌਜਵਾਨਾਂ ਵੱਲੋਂ ਮੇਰੀਆਂ ਰੈਲੀਆਂ ਨੂੰ ਖਰਾਬ ਕਰਨ ਲਈ ਭੇਜਿਆ ਜਾ ਰਿਹਾ ਹੈ। ਬਿਲਕੁਲ ਗਲਤ ਹੈ ਜੀ, ਅਸੀਂ ਡਟ ਕੇ ਮੈਂ ਕਿਹਾ ਹਰੇਕ ਚੀਜ਼ ਦਾ ਜਵਾਬ ਦਿੰਦੇ ਹਾਂ। ਇਹਨੇ ਹੁਣ ਬੁਖਲਾਹਟ ਛਾ ਕੇ ਕੱਲ੍ਹ ਇੱਕ ਦੋ ਮੁੰਡੇ ਭੇਜ ਤੇ ਜਾਣ ਕੇ ਸਪੌਂਸਰ ਕਰਕੇ ਜਿਹੜਾ ਹੁੱਲੜਬਾਜ਼ੀ ਕਰਦੇ ਸੀ, ਸਾਡੇ ਵਰਕਰਾਂ ਨੇ ਕਿਹਾ ਵੀ ਸਪੀਚ ਖਤਮ ਹੋ ਜਾਣ 'ਤੇ ਇੱਕ ਇੱਕ ਚੀਜ਼ ਦਾ ਸਵਾਲ ਦਾ ਜਵਾਬ ਦੇਵਾਂਗੇ। ਇਹਦੇ ਸਵਾਲ ਤਾਂ ਹੁੰਦੇ ਨਹੀਂ, ਉਹ ਵਿਚਾਰੇ ਪਹਿਲਾਂ ਨਸ਼ੇ 'ਚ ਹੁੰਦੇ ਆ ਮੁੰਡੇ, ਉਹ ਸਵਾਲ ਪੁੱਛ ਨਹੀਂ ਸਕਦੇ। ਪਰ ਜਸਟ ਮਾਹੌਲ ਖਰਾਬ ਕਰਨ ਦੇ ਮਾਰੇ ਸਾਨੂੰ ਕੋਈ ਫਿਕਰ ਨਹੀਂ, ਲੋਕ ਸਾਡੇ ਨਾਲ ਆ, ਭਗਵੰਤ ਮਾਨ ਰੇਸ 'ਚੋਂ ਆਊਟ ਹੋ ਚੁੱਕੇ ਆ, ਇਹ ਤਾਂ ਸਿਰਫ ਬੁਖਲਾਹਟ ਦੇ ਵਿੱਚ ਸਾਰੀਆਂ ਗੱਲਾਂ ਕਰ ਰਹੇ। ਇਸ ਉੱਤੇ ਭਗਵੰਤ ਮਾਨ ਨੇ ਵੀ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ 5 ਸਾਲਾਂ ਤੋਂ ਉਹ ਆਪਣੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਨ, ਜਿਸ ਕਾਰਨ ਲੋਕਾਂ ਵਿੱਚ ਉਹਨਾਂ ਕੋਲੋਂ ਕਿਸੇ ਵੀ ਸਵਾਲ ਬਾਰੇ ਗੱਲਬਾਤ ਕਰਨ ਦੀ ਪੂਰੀ ਹਿੰਮਤ ਹੈ। ਬਿਲਕੁਲ ਗਲਤ ਆਰੋਪ ਹੈ, ਇਤਨਾ ਹੈ ਕਿ ਮੈਨੇ ਉਹਨੇ ਹਿੰਮਤ ਤੋਂ ਭਰੀ ਹੈ 5 ਸਾਲ ਮੇਂ ਕਿ ਆਪ ਸਵਾਲ ਕਰੋ ਨੇਤਾਓਂ ਸੇ, ਮੇਰੇ ਸੇ ਵੀ ਸਵਾਲ ਕਰੋ ਕਿ ਮੇਰੀ ਪਾਰਲੀਮੈਂਟ ਕੀ ਪਰਫਾਰਮੈਂਸ ਕੇ ਬਾਰੇ ਮੇਂ ਪੁੱਛੋ, ਮੇਰੇ ਜੋ ਫੰਡ ਮੈਨੇ ਦੀਏ ਉਨਕੋ ਉਨਕੀ ਪਾਰਦਰਸ਼ਿਤਾ ਕੇ ਬਾਰੇ ਮੇਂ ਪੁੱਛੋ, ਤੋ ਇਨਕੋ ਵੀ ਪੁੱਛੋ ਅਗਰ ਪੁਰਾਣੇ ਜੋ ਵੋਟ ਹੈ ਵੋ ਕਿਸ ਕੂਏ ਮੇਂ ਡਾਲ ਕੇ ਆਏ ਹੈ, ਨਯਾ ਮੈਨੀਫੈਸਟੋ ਮੇਂ ਵਾਦੇ ਕੀਏ ਥੇ ਘਰ ਘਰ ਕੀ ਨੌਕਰੀ, ਵੋ ਲੜਕੇ ਪੁੱਛ ਰਹੇ ਹੈ ਕਿਆ ਯੇ ਸ਼ਰਾਬੀ ਹੋਈ ਹੈ, ਵੋ ਕਹਿ ਰਹੇ ਹਮ ਐਮਐਡ ਹੈ, ਕਹਾਂ ਗਏ ਵੇ ਹਮਾਰਾ 2500 ਰੁਪਿਆ ਬੇਰੁਜ਼ਗਾਰੀ ਭੱਤਾ, ਜੇ ਇਨਕੋ ਸ਼ਰਾਬ ਲਗਤੀ ਹੈ, ਸ਼ਰਾਬ ਕੀ ਬਾਤ ਢਿੱਲੋਂ ਸਾਹਿਬ ਨਾ ਹੀ ਕਰੇ ਤੋ ਅੱਛਾ ਹੈ, ਕਿਉਂਕਿ ਉਨਕੀ ਰੁੱਸਾ ਕੇ ਸਾਥ ਜੋ ਫੋਟੋ ਆਈ ਹੈ ਨਾ, ਜੋ ਗਿਲਾਸ ਹੱਥ ਮੇਂ ਪਕੜਾ ਹੁਆ ਹੈ, ਤੋ ਵੋ 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 ਕਹਤੇ ਹੈ ਆਪ ਮੇਰੀ ਨਿੱਜੀ ਹੈ, ਤੋ ਮੇਰੇ ਬਾਰੇ ਮੇਂ ਜੋ ਆਰੋਪ ਲਗਾਤੇ ਰਹੇ ਹੈ ਜਿਸ ਚੀਜ਼ੋਂ ਪਰ, ਤੋ ਮੇਰੀ ਨਿੱਜੀ ਜ਼ਿੰਦਗੀ ਨਹੀਂ ਦੀ। ਕੋਈ ਗੱਲ ਨਹੀਂ, ਫੋਟੋ ਤੋੜ ਮੁੜ ਕੇ ਪੇਸ਼ ਕੀਆ ਉਸਨੇ ਕਹਾ, ਅਬ ਮੈਂ ਵੀਡੀਓ ਪੇਸ਼ ਕਰ ਰਹਾ ਹੂੰ, ਵੋ ਤੋ ਨਹੀਂ ਤੋੜ ਮੁੜ ਸਕਤਾ ਨਾ, ਵੋ ਤੋ ਨਹੀਂ ਤੋੜ ਮੁੜ ਸਕਤਾ, ਵੀਡੀਓ ਵੀ ਆ ਰਹੀ ਹੈ ਬਸ ਜਲਦੀ। ਇਸ ਤੋਂ ਬਾਅਦ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪੱਠਲ ਤੇ ਵੀ ਨਿਸ਼ਾਨਾ ਸਾਧਿਆ। ਨਹੀਂ, ਬੀਬੀ ਪੱਠਲ ਦਾ ਏਰੀਆ ਇਹ ਨਹੀਂ ਰਹਾ, ਉਹ ਹਾਰ ਚੁੱਕੀ ਹੈ ਯਹਾਂ ਸੇ, ਤੋ ਆਜ ਪਰਮਿੰਦਰ ਢੀਂਡਸਾ ਯਹਾਂ ਸੇ ਐਮਐਲਏ ਹੈ, ਔਰ ਜੋ ਰਿਸਪੌਂਸ ਯਹਾਂ ਪੇ ਆਜ ਆ ਕੇ ਮੈਨੇ ਦੇਖਾ, ਮਾਇੰਡ ਬਲੋਇੰਗ, ਮਤਲਬ ਆਪਣੇ ਆਪ ਜੋ ਨੌਜਵਾਨ ਹੈ ਵੋ ਦੂਸਰੇ ਗਾਓਂ ਮੇਂ ਆ ਜਾਤੇ ਹੈ, ਮੁਝੇ ਰਿਸੀਵ ਕਰਨੇ ਕੇ ਲੀਏ ਆਪਣੇ ਗਾਓਂ ਕੇ ਲੀਏ, ਮੋਟਰਸਾਈਕਲ, ਆਪਣਾ ਤੇਲ, ਆਪਣੀ ਤਰਫ ਸੇ ਉਹਨੇ ਝੰਡੀਆਂ ਔਰ ਆਪਣੀ ਤਰਫ ਸੇ ਸਟਿੱਕਰ ਔਰ ਪੋਸਟਰ ਲਗਾਏ ਹੋਏ, ਔਰ ਗਾਓਂ ਮੇਂ ਜਾ ਕੇ ਆਏ ਹੂੰ ਪੂਰਾ ਦਿਨ, ਲੋਕ ਇਹ ਕਹਿ ਰਹੇ ਹੈ ਕਿ ਲਹਿਰਾ ਗਾਗਾ ਸੇ ਪਿਛਲੀ ਵਾਰ ਕੰਮ ਰਹੇ ਥੇ, ਇਸ ਵਾਰ 9 ਕੇ 9 ਹਲਕੋਂ ਮੇਂ ਸੇ ਲਹਿਰਾ ਗਾਗਾ ਹਮ ਫਸਟ ਨੰਬਰ ਪਰ ਆਨਾ। ਖੁਦ ਨੂੰ ਲਪੇਟੇ ਵਿੱਚ ਆਈ ਦੇਖ ਬੀਬੀ ਰਜਿੰਦਰ ਕੌਰ ਪੱਠਲ ਨੇ ਕਿਹਾ ਕਿ ਭਗਵੰਤ ਮਾਨ ਵਿੱਚ ਕੋਈ ਕਮੀ ਹੈ ਜਿਸ ਕਾਰਨ ਉਹਨਾਂ ਦੀ ਕੋਈ ਇੱਛਾ ਪੂਰੀ ਨਹੀਂ ਹੋ ਰਹੀ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਢਿੱਲੋਂ ਦੀਆਂ ਨਜਾਇਜ਼ ਤਸਵੀਰਾਂ ਪਾ ਕੇ ਉਹਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਤੇਰੀ ਇੱਛਾ ਤਾਂ ਰੱਬ ਨੇ ਨਹੀਂ ਪੂਰੀ ਕੀਤੀ, ਤੇਰੀ ਇੱਛਾ ਤਾਂ ਪਹਿਲਾਂ ਪਤੰਗ 'ਚ ਸੀਗਾ, ਤੂੰ ਮੈਨੂੰ ਇੱਥੇ ਵੱਗ ਗਿਆ, ਉਹਦੀ ਗੱਲ ਤਾਂ ਵੈਸੇ ਮੈਂ ਸਮਝਦੀ ਹਾਂ ਕਿ ਮੈਂ ਉਹਦਾ ਲੈਵਲ ਹੀ ਨਹੀਂ ਸਮਝਦੀ, ਮੈਂ ਉਹਦੀ ਗੱਲ ਦਾ ਜਵਾਬ ਦੇਵਾਂ, ਉਹਦੀ ਕੀ ਇੱਛਾ ਹੈ ਕੀ ਨਹੀਂ ਇੱਛਾ ਇਹਦੇ ਬਾਰੇ ਉਹੀ ਜਾਣਦਾ ਹੋਣਾ। ਅਸੀਂ ਤਾਂ ਕਾਂਗਰਸ ਪਾਰਟੀ ਦੇ ਸਿਪਾਹੀ ਹਾਂ, ਕਾਂਗਰਸ ਪਾਰਟੀ ਖੜ੍ਹੇ ਹੈ, ਜਿਹੜੇ ਨਹੀਂ ਰੱਬ ਨੇ ਉਹਦੀ ਇੱਛਾ ਪੂਰੀ ਕੀਤੀ ਫਿਰ ਕਮੀ ਹੋਣੀ ਹੈ, ਕੋਈ ਰੱਬ ਤੋਂ ਭੁੱਲ ਬਖਸ਼ਾਵੇ। ਕੋਈ ਕਿਸੇ ਦੀ ਜੇ ਆਪਣੀ ਲਾਈਫ ਹੈ, ਮੈਂ ਇਸ 'ਤੇ ਕਿਉਂਕਿ ਭਗਵੰਤ ਮਾਨ ਹੈ ਜਾਂ ਕੇਵਲ ਕੱਲ੍ਹ ਉਹਨਾਂ ਨੇ ਇਸ ਦੇ ਬਾਰੇ ਕੇਵਲ ਉਹਨਾਂ ਨੇ ਕਿਹਾ ਹੈਗਾ, ਆਪਾਂ ਸੋਸ਼ਲ ਫੰਕਸ਼ਨ 'ਚ ਖੜ੍ਹੇ ਹਾਂ, ਕਿਸੇ ਥਾਂ 'ਤੇ ਵੀ ਖੜ੍ਹੇ ਹਾਂ, ਕੋਈ ਫੋਟੋ ਹੋ ਸਕਦੀ ਹੈ ਉਹਦੇ ਵਿੱਚ, ਲੇਕਿਨ ਕੇਵਲ ਦੀ ਜਿਹੜੀ ਛਵੀ ਹੈ ਉਹ ਸਾਫ਼ ਸੁਥਰੀ ਛਵੀ ਹੈ ਅਤੇ ਉਹ ਇਮਾਨਦਾਰ ਆ। ਸੰਗਰੂਰ ਵਿੱਚ ਹੁਣ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਤਮਾਮ ਸਿਆਸੀ ਦਲ ਇੱਕ ਦੂਜੇ ਦੇ ਸਾਹਮਣੇ ਆ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਜਲਦ ਹੀ ਕੇਵਲ ਸਿੰਘ ਢਿੱਲੋਂ ਦੀ ਵੀਡੀਓ ਵੀ ਜਾਰੀ ਕਰਨਗੇ। ਜੇਕਰ ਭਗਵੰਤ ਮਾਨ ਵੱਲੋਂ ਵੀਡੀਓ ਜਾਰੀ ਹੁੰਦੀ ਹੈ ਤਾਂ ਇਹ ਪੂਰਾ ਮਾਮਲਾ ਨਿੱਜੀ ਹੋ ਜਾਵੇਗਾ, ਜਿਸ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਮੁੱਖ ਮੁੱਦਿਆਂ ਤੋਂ ਪਿੱਛੇ ਹਟ ਕੇ ਇੱਕ ਦੂਜੇ ਉੱਤੇ ਚਿੱਕੜ ਸੁੱਟਣ ਦੀ ਰਾਜਨੀਤੀ ਸ਼ੁਰੂ ਹੋ ਜਾਵੇਗੀ। ਬਿਊਰੋ ਰਿਪੋਰਟ, ਦ ਟੀਵੀ, ਐਨ ਆਰ ਆਈ।